ਇਈ ਤਸਵੀਰਾਂ ਵਿਰਾਸਤੀ ਸ਼ਹਿਰ ਨਾਬਾ ਦੀਆਂ ਨੇ ਜਿੱਥੇ ਲੋਕ ਸਭਾ ਦੇ ਮੈਂਬਰ ਮਹਾਰਾਣੀ ਪਰਨੀਤ ਕੌਰ ਹੋਰੀ ਪਹੁੰਚੇ ਨੇ ਜਿੱਥੇ ਉਹਨਾਂ ਨੇ ਇੱਕ ਧਾਰਮਿਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਜਿਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮਹਾਰਾਣੀ ਪਰਨੀਤ ਕੌਰ ਹੋਰਾ ਨੇ ਪੰਜਾਬ ਸਰਕਾਰ ਤੇ ਸ਼ਬਦੀ ਹਮਲਾ ਬੋਲਿਆ ਹੈ ਅਤੇ ਸਰਕਾਰ ਤੇ ਤਿੱਖੇ ਤੰਜ ਕੱਸਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੁਝ ਪਤਾ ਨਹੀਂ ਕਿ ਸਰਕਾਰ ਕਿਵੇਂ ਚੱਲਦੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੋਲ ਕੋਈ ਚੰਗੀ ਸਲਾਹ ਦੇਣ ਵਾਲਾ ਸਲਾਹਕਾਰ ਨਹੀਂ ਹੈ ਇਸ ਤੋਂ ਇਲਾਵਾ ਅੱਗੇ ਜੋ ਉਹਨਾਂ ਨੇ ਕਟਾਸ਼ ਕਰਦੇ ਹੋਏ ਜੋ ਕਿਹਾ ਉਹ ਵੀ ਸੁਣ ਲਓ ਇਹ ਵੀ ਮੇਰੇ ਖਿਆਲ 'ਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਪਹਿਲੇ ਸੁਲਝਾ ਕੇ ਤਾਂ ਸੈਸ਼ਨ ਕਰਨਾ ਥੀ ਐ ਨਾ ਕਿ ਤੱਕੇ ਦੇ ਨਾਲ ਹੀ ਅਸੀਂ ਕਰਨਾ ਠੀਕ ਹੈ ਉਹਨਾਂ ਦੀ ਹੈ ਉਹਨਾਂ ਦੇ ਕੋਲ ਹੈ ਇਹ ਅਧਿਕਾਰੀ ਕਿ ਉਹ ਸੈਸ਼ਨ ਬੁਲਾ ਸਕਦੇ ਨੇ ਪਰ ਜਦ ਰਾਜਪਾਲ ਨੇ ਕੋਈ ਗੱਲ ਕਹੀ ਤੁਸੀਂ ਪਹਿਲੇ ਰਾਜਪਾਲ ਨਾਲ ਬੈਠ ਕੇ ਸਲ ਜਾ ਕੇ ਤਾਂ ਸੈਸ਼ਨ ਚਲਾਓ ਕਿ ਰਾਜਪਾਲ ਜਿਹੜੇ ਪਹਿਲਾਂ ਵੀ ਬਿਲ ਤੇ ਉਹ ਵੀ ਇਨਕਾਰ ਕਰ ਦਿੱਤਾ ਕਿ ਉਹ ਪਾਸ ਨਹੀਂ ਉਹਨਾਂ ਨੇ ਇੱਕੋ ਵਾਰਨਿੰਗ ਦਿੱਤੀ ਮੈਂ ਇਹ ਮੁੱਦਾ ਰਾਸ਼ਟਰਪਤੀ ਨੂੰ ਲਿਖ ਕੇ ਭੇਜ ਦੂੰਗਾ ਮੇਰੇ ਖਿਆਲ ਚ ਦੇਖੋ ਨੁਕਸਾਨ ਜੋ ਮਰਜ਼ੀ ਹੋਏ ਸਰਕਾਰ ਜਿਹੜੀ ਸੂਬੇ ਦੀ ਹੈ ਨਾ ਕੋਈ ਵੀ ਸੂਬੇ ਦੀ ਹੋਵੇ ਉਨੂੰ ਸੈਂਟਰ ਦੀ ਸਰਕਾਰ ਦੇ ਨਾਲ ਚੱਲਣਾ ਚਾਹੀਦਾ ਹੈ ਕਈ ਸਰਕਾਰਾਂ ਆਇਆ ਇੱਥੇ ਕਾਂਗਰਸ ਦੀ ਸਰਕਾਰ ਰਹੀ ਸੈਂਟਰ 'ਚ ਵਾਜਪਾਈ ਦੀ ਰਹੀ ਮੋਦੀ ਜੀ ਦੀ ਰਹੀ ਬਾਕੀ ਕਾਂਗਰਸ ਡਾਕਟਰ ਮਨਮੋਹਨ ਸਿੰਘ ਜੀ ਸਰਕਾਰ ਰਹੀ ਇੱਥੇ ਬਾਦਲ ਸਾਹਿਬ ਦੀ ਸਰਕਾਰ ਰਹੀ ਪਰ ਇਹ ਜਿਆ ਆਪਸ ਦੇ ਵਿੱਚ ਖਿੱਚੋਤਾਣੀ ਕਦੀ ਨਹੀਂ ਹੋਈ ਇਹ ਸਮਝ ਨਹੀਂ ਆ ਰਹੀ ਕਿ ਇਹ ਆਮ ਆਦਮੀ ਪਾਰਟੀ ਵਾਲੇ ਜਾਂ ਤਾਂ ਇਹਨਾਂ ਨੂੰ ਪਤਾ ਨਹੀਂ ਯਾਰ ਨੂੰ ਸਹੀ ਸਲਾਹ ਨਹੀਂ ਕੋਈ ਦੇ ਰਿਆ ਕਿ ਰਲ ਮਿਲ ਕੇ ਚੱਲਣਾ ਪੈਂਦਾ ਠੀਕ ਹੈ ਤੁਹਾਡੀਆਂ ਨੀਤੀਆਂ ਹੈਗੀਆਂ ਤੁਸੀਂ ਸੂਬੇ 'ਚ ਚਲਾਓ ਪਰ ਜਿਹੜੀਆਂ ਸੈਂਟਰਲ ਗਵਰਨਮੈਂਟ ਦੀਆਂ ਨੀਤੀਆਂ ਨੇ ਉਹਨਾਂ ਨੂੰ ਜਿੱਥੇ ਉਹ ਲੱਗਦੀਆਂ ਨੇ ਜਿਸ ਤਰੀਕੇ ਦੇ ਨਾਲ ਉਹ ਉਸ ਤਰੀਕੇ ਦੇ ਨਾਲ ਲਗਾ ਕੇ ਅੱਗੇ ਚੱਲਣ ਔਰ ਜੋ ਕਾਨੂੰਨ ਬਣਿਆ ਹੋਇਆ ਹੈ ਉਹ ਸਾਰਿਆਂ ਲਈ ਇੱਕ ਹੈ ਜੇ ਕੋਈ ਕਾਨੂੰਨੀ ਇਹਦੇ ਵਿੱਚ ਕੋਈ ਤਣਾਅ ਸੀ ਕਿ ਰਾਜਪਾਲ ਜੀ ਕਹਿ ਰਹੇ ਥੀ ਕਿ ਇੱਕ ਕਾਨੂੰਨ ਦੇ ਮੁਤਾਬਕ ਨਹੀਂ ਸੈਸ਼ਨ ਕਾਲ ਕੀਤਾ ਤਾਂ ਉਹਨੂੰ ਆਪਣੇ ਐਡਵੋਕੇਟ ਜਨਰਲ ਨੂੰ ਨਾਲ ਲੈ ਕੇ ਬੈਠ ਕੇ ਸੁਲਝਾ ਕੇ ਪੇਸ਼ ਕਰ ਦੇ ਔਰ ਫੇਰ ਕਰ ਦੇ ਇੱਕ ਅੱਧਾ ਚੱਲੀ ਆ ਰਿਹਾ ਵੇ ਜੇ ਤੁਸੀਂ ਧੱਕੇ ਨਾਲ ਹੀ ਚਲਾਣੀਆਂ ਜਾਂ ਤਾਂ ਪੂਰੇ 2 ਦਿਨ ਚਲਾਉਂਦੇ ਜਾਂ ਹੁਣ ਅੱਧੇ ਦਿਨ ਦੇ ਵਿੱਚ ਲਾ ਕੇ ਇਹਦਾ ਫਾਇਦਾ ਕੀ ਹੋਇਆ ਪੈਸੇ ਵੀ ਵੇਸਟ ਹੋਏ ਐਨੇ ਸਾਡੇ ਪ੍ਰੋਬਲਮ ਆਏ ਹੋਏ ਨੇ ਜਿਸ ਤਰ੍ਹਾਂ ਸ਼ੈਲਰ ਦੇ ਪ੍ਰੋਬਲਮ ਚੱਲ ਰਹੇ ਨੇ ਵੀ ਤੁਸੀਂ ਇਹ ਪ੍ਰੋਬਲਮ ਇਹ ਸਲਝਾਓ ਆਪ ਵਾਲੇ ਕਾਂਗਰਸ ਤੇ ਇਲਜ਼ਾਮ ਲਗਾਈ ਜਾ ਰਹੇ ਨੇ ਤੇ ਕਾਂਗਰਸ ਵਾਲੇ ਅਕਾਲੀ ਦਲ ਤੇ ਅਜੋਕੇ ਸਮੇਂ ਦੀ ਸਿਆਸਤ ਹੁਣ ਸਿਰਫ ਫੋਕੀ ਬਿਆਨਵਾਜੀ ਵਾਲੀ ਰਹਿ ਗਈ ਹੈ ਸੋ ਦੇਸ਼ ਅਤੇ ਸੂਬੇ ਚ ਕਿਸੇ ਵੀ ਲੀਡਰ ਨੂੰ ਵੋਟਾ ਪਾਉਣ ਤੋਂ ਪਹਿਲਾਂ ਉਸ ਆਗੂ ਦੇ ਵਿਅਕਤੀਤਵ ਅਤੇ ਇਤਿਹਾਸਕ ਪੱਖੋਂ ਉਸਦੀ ਛਵੀ ਦੇਖ ਕੇ ਹੀ ਸਤਾ ਵਿੱਚ ਲਿਆਉਣਾ ਚਾਹੀਦਾ ਹੈ ਨਹੀਂ ਤਾਂ ਫਿਰ 5 ਸਾਲਾਂ ਲਈ ਚੁਟਕਲੇ ਸੁਣਨ ਲਈ ਤਿਆਰ ਰਹੋ ਹਕੀਕੀ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ